ਜਲੰਧਰ ਦੇ ਮਾਈਹੀਰਾ ਗੇਟ ਇਲਾਕੇ ਦੇ ਵਿੱਚ ਇੱਕ ਪਿਟਬਲ ਦੇ ਵੱਲੋਂ ਬੱਚੇ ਤੇ ਕੀਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਦੀਆਂ ਤਸਵੀਰਾਂ ਦੇ ਵਿੱਚ ਦੇਖਿਆ ਗਿਆ ਸੀ ਕਿ ਕਿਵੇਂ ਗਲੀ ਦੇ ਵਿੱਚੋਂ ਲੰਘ ਰਹੇ ਇੱਕ ਬੱਚੇ ਤੇ ਪਿਟਬਲ ਨੇ ਹਮਲਾ ਕਰ ਦਿੱਤਾ ਤੇ ਆਸ-ਪਾਸ ਦੇ ਲੋਕ ਵੀ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਇਸ ਦੇ ਵਿੱਚ ਅਸਫਲ ਰਹੇ। ਹੁਣ ਇਸ ਬਾਰੇ ਦੱਸਦਿਆਂ ਪਿਟਬਲ ਦੇ ਸ਼ਿਕਾਰ ਬੱਚੇ ਲਕਸ਼ਿਆ ਨੇ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਬਹਾਦਰੀ ਦੇ ਨਾਲ ਤੇ ਕੜੀ ਮੁਸ਼ਕਤ ਤੋਂ ਬਾਅਦ ਇਸ ਕੁੱਤੇ ਦੇ ਕੋਲੋਂ ਆਪਣੀ ਜਾਨ ਬਚਾਈ। ਮੈਂ ਉਧਰੋਂ ਜਾ ਰਿਹਾ ਸੀ, ਉਧਰ ਕੁੱਤਾ ਉਹਨਾਂ ਨਾਲ ਲੜਦਾ ਪਿਆ ਸੀਗਾ, ਉਹਨੂੰ ਲੱਗਾ ਮੈਂ ਵੀ ਮਾਰਨ ਆ ਗਿਆ, ਫਿਰ ਫਟਾਫਟ ਉਹ ਮੈਨੂੰ ਫੜਨ ਆ ਗਿਆ। ਹੁਣ ਮੈਨੂੰ ਪਹਿਲਾਂ ਉਹਨੇ ਮੈਨੂੰ ਵੱਢ ਲਿਆ, ਮੈਂ ਕਿਹਾ ਵੈਸੇ ਥੋੜ੍ਹੇ ਬਹੁਤੇ ਕੱਟ ਲੈਂਦੇ ਨਾ ਦੀ, ਅਤੇ ਫਿਰ ਮੈਂ ਫਿਰ ਨਾ ਸਾਈਕਲ ਉੱਤੇ ਚੜ ਗਿਆ ਅਤੇ ਫਿਰ ਮੈਂ ਸੁੱਟਣ ਲੱਗਾ, ਉਹ ਨਾਲ ਹੀ ਥੱਲੋਂ ਆ ਕੇ ਉਹਨੇ ਮੇਰੀ ਲੱਤ ਫੜ ਲਿੱਤੀ ਅਤੇ ਫਿਰ ਉਹ ਮੈਂ ਥੋੜ੍ਹੀ ਦੇਰ ਕੋਲ ਚਲੇ ਗਿਆ। ਇੱਕ ਆਂਟੀ ਹੈ ਸਾਈਕਲ 'ਤੇ ਲੱਤਾਂ ਮਾਰ ਗਏ, ਉਹਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਨਾ ਪਾਇਆ। ਫਿਰ ਉਹ ਮੈਂ ਚੀਕਾਂ ਮਾਰੀ ਜ਼ੋਰ ਜ਼ੋਰ ਸੀ, ਕੁੱਤਾ ਪਿਟਬੁਲ ਸੀਗਾ, ਅਤੇ ਫਿਰ ਉੱਤੇ ਮੈਂ ਮਤਲਬ ਘਰ ਜਾਂਦਾ ਲੈ ਗਿਆ ਉਹਨੂੰ ਅਤੇ ਫਟਾਫਟ ਫਿਰ ਉਹਨੇ ਮੈਨੂੰ 10 ਮਿੰਟ ਤੱਕ ਵੱਢੀ ਚੁੱਚੀ ਸਾਰੇ ਨੂੰ ਮਾਰਿਆ ਉਹਨੂੰ ਅਤੇ ਫਿਰ ਮੈਂ ਫਟਾਫਟ ਪਹਿਲਾਂ ਉਹਨੂੰ ਮੈਂ ਥਕਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਮੈਂ ਉਹ ਮੈਨੂੰ ਨਹੀਂ ਪਤਾ ਉਹਨਾਂ ਦਾ ਨਾਮ ਨਹੀਂ ਪਤਾ ਅਤੇ ਫਿਰ ਉਹ ਥੱਕ ਗਿਆ ਸੀ ਪੂਰੀ ਪੂਰੀ ਤਰ੍ਹਾਂ। ਮੈਂ ਉਹਦਾ ਮੂੰਹ ਫੜ ਲਿੱਤਾ ਸੀ, ਫੜ ਕੇ ਆਪਣੇ ਪੈਰ ਬਾਹਰ ਕਢਾ ਤਾ। ਉਧਰ ਦੂਜੇ ਪਾਸੇ ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਜਿਹੜੇ ਵੀ ਲੋਕ ਅਜਿਹੇ ਕੁੱਤੇ ਰੱਖਦੇ ਨੇ ਉਸ ਖਿਲਾਫ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਨੇ ਆਨੁਅਲੀ ਛੁਡਾਇਆ, ਉਹਨੇ ਛੱਡਿਆ ਨਹੀਂ 10 ਮਿੰਟ ਤੱਕ, ਤਾਂ ਹੈਵੀ ਇੰਜਰਡ ਹੋ ਗਿਆ ਬੇਟਾ ਮੇਰਾ। ਅਤੇ ਉਸ ਤੋਂ ਬਾਅਦ ਮੇਰੀ ਇਹੀ ਦਰਖਾਸਤ ਆ ਪ੍ਰਸ਼ਾਸਨ ਤੋਂ ਕਿ ਉਹਨੂੰ ਜਿਹੜਾ ਹੈਗਾ ਆ ਕੁੱਤੇ ਜਿਹੜੇ ਪਾਲਦੇ ਆ ਲੋਕ ਇਹੋ ਜਿਹੇ ਕੁੱਤਿਆਂ ਤੋਂ ਸਖਤ ਉਹਨਾਂ ਨੂੰ ਰੇਜ ਦਿੱਤੇ ਕਰਾਏ ਜਾਣ, ਕਿ ਉਹਨੂੰ ਪਾਬੰਦੀ ਲਗਾਈ ਹੈ। ਵੀਰੂ ਨਾਮ ਦਾ ਲੜਕਾ ਹੈ ਜਿਹਨਾਂ ਕੋਲ ਇਹ ਪਿਟਬੁਲ ਕੁੱਤਾ ਹੈਗਾ ਆ। ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਬੱਚਾ ਉਹ ਲਾਜਦੀਨ ਹੈਗਾ ਆ, ਉਹਦੇ ਫਾਦਰ ਕੱਲ ਜੋ ਵੀ ਮਤਲਬ ਕਾਰਵਾਈ ਬਣਦੀ ਉਹ ਵੀ ਕਰਾਂਗੇ ਜੋ ਜਿੱਦਾਂ ਦਾ ਬਿਆਨ। ਦੱਸ ਦਈਏ ਕਿ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਦੇ ਪਾਲਤੂ ਕੁੱਤੇ ਦੇ ਵੱਲੋਂ ਕਿਸੇ ਸ਼ਖਸ ਤੇ ਹਮਲਾ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਲੋੜ ਹੈ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ, ਤਾਂ ਜੋ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਨਾ ਆਉਣ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹੱਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।